ਸਤ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਹੂਬਸੂ ਸਾਰੇ ਜਾਣੇ ਬਿਲਕੁਲ ਠੀਕ ਹੋਵੂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਭਾਈ ਦੇਖਣ ਜਾ ਰਹੇ ਆਪਾਂ ਇੰਟਰਵਿਊ ਐਲੀ ਮੰਗਟ ਦੀ ਹਨਾ ਮੈਂ ਸਕਰੋਲ ਕਰ ਰਿਹਾ ਸੀਗਾ ਸਕਰੋਲ ਕਰਦੇ ਕਰਦੇ ਨੂੰ ਮੈਨੂੰ ਆਹ ਵੀਡੀਓ ਆਈ ਸਾਹਮਣੇ ਤੇ ਇਹ ਚ ਲਿਖਿਆ ਵੀ ਮੈਂ ਸਿੱਧੂ ਨੂੰ ਬਹੁਤ ਸਮਝਾਇਆ ਪਰ ਹਨਾ ਤਾਂ ਉਹ ਦੇਖਦੇ ਆਂ ਇਹ ਵੀ ਕੀ ਗੱਲ ਸੀ ਕੀ ਪੂਰੀ ਕੀ ਨਹੀਂ ਹਨਾ ਤਾਂ ਵੀਡੀਓ ਦੇਖੇ ਤੋਂ ਬਾਅਦ ਹੀ ਪਤਾ ਲੱਗੂ ਮੈਂ ਦੇਖੀ ਨੀ ਮੈਂ ਵੀਡੀਓ ਬਸ ਆਹ ਇੰਨੀ ਕੀ ਦੇਖੀ ਸੀ ਅੱਗੇ ਅੱਗੇ ਉਹ ਤੇ ਇਹ ਦੋ ਗੇ ਮੈਂ ਕਿਹਾ ਵੀ ਆਪਾਂ ਇਕੱਠੇ ਦੇਖਦੇ ਆਂ ਸੁਣਦੇ ਆਂ ਬਈ ਵੀ ਕੀ ਹਿਸਾਬ ਕਿਤਾਬ ਆ ਤੇ ਕੀ ਗੱਲਬਾਤ ਆ ਹਣ ਤੇ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਆ ਜੀ ਦੀ ਇਹ ਵੀਡੀਓ ਤੁਹਾਨੂੰ ਆਈਡੀਆ ਹੋ ਗਿਆ ਅਸੀਂ ਪਹਿਲਾਂ ਹੀ ਉੱਥੋਂ ਗੱਲਾਂ ਬਾਤਾਂ ਤੋਂ ਬੰਦਾ ਜਜਮੈਂਟ ਮਾਰ ਲੈਂਦਾ ਕਿ ਕੋਈ ਗੜਬੜ ਹੈਗੀ ਆ ਪਤਾ ਲੱਗ ਜਾਂਦਾ ਕਲਾਕਾਰ ਨੂੰ ਖਾਸ ਕਰਕੇ ਇਹ ਪਤਾ ਲੱਗ ਜਾਂਦਾ ਉਹਨੂੰ ਕਿ ਯਾਰ ਕੁਝ ਚੱਲ ਰਿਹਾ ਮਾਰਕੀਟ 'ਚ ਕੁਝ ਹੋ ਰਿਹਾ ਜਿਹੜੇ ਫੋਨ ਆਉਂਦੇ ਆ ਧਮਕੀਆਂ ਆਉਂਦੀਆਂ ਨੇ ਸਵੇਰੇ ਸ਼ਾਮ ਤੱਕ ਥੋੜਾ ਜਿਹਾ ਸੰਭਲ ਕੇ ਉਹਦੇ ਮਾਪਿਆਂ ਦਾ ਬੁਰਾ ਨਹੀਂ ਜਾ ਬਚਾਲਿਆਂ ਦਾ ਤੁਸੀਂ ਮਿਲੇ ਉਹਨਾਂ ਨੂੰ ਮੈਂ ਤਾਂ ਕਈ ਵਾਰ ਹੀ ਜਾਇਆ ਹਾਂ ਥੋਣ ਵੀ ਮੁਲਾਕਾਤ ਹੁੰਦੀ ਆ ਹਾਂ ਬੰਗਲਿਆ ਜੀ ਸ਼ਾਇਦ ਹੀ ਕੋਈ ਕਲਾਕਾਰ ਉਹ ਉਸ ਉਸ ਟਾਈਮ ਦੇ ਵਿੱਚ ਉਸ ਟਾਈਮ ਦੇ ਵਿੱਚ ਮਿਲਿਆ ਹੋਊਗਾ ਜਿਹੜੇ ਸਿੱਧੂ ਨੂੰ ਮੈਂ ਜਾਣਦਾ ਸੀ ਸਹੀ ਗੱਲ ਆ ਭਾਈ ਮਤਲਬ ਐਲੀ ਮੰਗਟ ਮਤਲਬ 2016 17 ਦੇ ਵਿੱਚ ਜਦੋਂ ਮੰਨ ਕੇ ਚੱਲ ਬਾਈ ਨੇ ਸਟਾਰਟਿੰਗ ਕੀਤੀ ਸੀ ਨਾ ਕੈਰੀਅਰ ਦੀ ਤੇ ਉਹ ਸਟਰਗਲ ਹੀ ਚੱਲ ਰਿਹਾ ਸੀਗਾ ਜਦੋਂ ਹਨਾ ਇੰਡਸਟਰੀ ਚ ਕਿਸੇ ਨੂੰ ਜਾਣਦਾ ਨਹੀਂ ਸੀਗਾ ਸਿੱਧੂ ਭਾਈ ਤਾਂ ਐਲੀ ਮੰਗਟ ਨੇ ਭਾਈ ਮਤਲਬ ਉਦੋਂ ਕਾਫੀ ਮਦਦ ਕੀਤੀ ਹੈਗੀ ਸਿੱਧੂ ਦੀ ਹਨਾ ਤੇ ਕਾਫੀ ਚੀਜ਼ਾਂ ਯਾਰ ਇਹ ਜੀਆਂ ਹੁੰਦੀਆਂ ਹੁਣ ਹਰੇਕ ਬੰਦੇ ਨੂੰ ਹੌਲੀ ਹੌਲੀ ਸਾਰਾ ਕੁਝ ਹਿਸਾਬ ਕਿਤਾਬ ਪਤਾ ਲੱਗਦਾ ਹਨ ਪਰ ਜੇ ਨੂੰ ਕਿਤੇ ਵੀ ਆਪਾਂ ਨਵੀਂ ਜਗ੍ਹਾ ਤੇ ਜਾਂਦੇ ਆ ਹਨਾ ਕਿਸੇ ਵੀ ਨਵੇਂ ਨਵੀਂ ਫੀਲਡ 'ਚ ਜਾਂਦੇ ਆ ਤਾਂ ਉੱਥੇ ਪਹਿਲਾਂ ਜੇ ਕੋਈ ਬੰਦਾ ਹੋਵੇ ਹਨਾ ਉਹ ਹੈਲਪ ਕਰ ਦੇ ਤਾਂ ਉਹਨੂੰ ਸੌਖਾ ਬਹੁਤ ਹੋ ਜਾਂਦਾ ਹੁੰਦਾ ਜਦਾਂ ਮੈਂ ਕਿਹਾ ਕਿ ਪਿਛਲਾ ਸਾਲ ਪੰਜਾਬ ਖਾਸ ਕਰਕੇ ਪੰਜਾਬੀ ਇੰਡਸਟਰੀ ਲਈ ਨਹੀਂ ਵਧੀਆ ਸੀ ਬਹੁਤ ਮਾੜਾ ਸੀਗਾ ਪਲਦੀਪ ਸਿੱਧੂ ਦਾ ਜਾਣਾ ਉਸ ਤੋਂ ਬਾਅਦ ਕਬੱਡੀ ਦੇ ਇੰਨੇ ਵਧੀਆ 플레이ਰ ਸੰਦੀਪ ਮੇਗਲੰਬਿਆ ਦਾ ਜਾਣਾ ਫਿਰ ਸਿੱਧੂ ਮੂਸੇਵਾਲਾ ਦਾ ਜਾਣਾ ਔਰ ਸਿੱਧੂ ਦਾ ਕੋਈ ਐਕਸੀਡੈਂਟ ਨਹੀਂ ਸੀਗਾ ਉਹਨਾਂ ਨੂੰ ਮਾਰਿਆ ਗਿਆ ਹੈਨਾ ਤੁਹਾਡੀ ਨੇੜਤਾ ਸੀਗੀ ਸਿੱਧੂ ਦੇ ਨਾਲ ਮੇਰੀ ਤਾਂ ਅਸਲ ਤੇ ਚਲੋ ਕਹਿਣਾ ਨਹੀਂ ਚਾਹੀਦਾ ਪਰ ਜੇ ਸਿੱਧੂ ਇਹ ਇੰਡਸਟਰੀ 'ਚ ਆਇਆ ਸੀ ਤਾਂ ਮੈਂ ਉਹਦੀ ਬਹੁਤ ਹੈਲਪ ਕੀਤੀ ਸੀ ਉਹ ਅਸੀਂ ਦੇਖੀਆਂ ਉਹ ਵੀਡੀਓਜ਼ ਵੀ ਕਿਉਂਕਿ ਉਹ ਵਾਇਰਲ ਬਹੁਤ ਹੋਈਆਂ ਸੀ ਆ ਦੇਖੋ ਬਈ ਬਈ ਗੱਲ ਇਹ ਸਹੀ ਹੈਗੀ ਚਲੋ ਕੋਈ ਵੀ ਬੰਦਾ ਨਾ ਨਵਾਂ ਜਦੋਂ ਇੰਡਸਟਰੀ ਦੇ ਵਿੱਚ ਆਉਂਦਾ ਤਾਂ ਉਹਨੂੰ ਕੁਝ ਨਹੀਂ ਪਤਾ ਹੁੰਦਾ ਤੇ ਐਲੀ ਪਹਿਲਾਂ ਐਸਟੈਬਲਿਸ਼ਡ ਸੀਗਾ ਹਨਾ ਆਉਦੀ ਜਗ੍ਹਾ ਬਣਾ ਚੁੱਕਿਆ ਸੀ ਇਹਨੂੰ ਪਤਾ ਸੀਗਾ ਵੀ ਕੀ ਹਿਸਾਬ ਕਿਤਾਬ ਹੈਗਾ ਇੰਡਸਟਰੀ ਦਾ ਹਨਾ ਤਾਂ ਕਾਫੀ ਹੈਲਪ ਕੀਤੀ ਆ ਬਈ ਸਟਾਰਟਿੰਗ ਦੇ ਵਿੱਚ ਐਲੀ ਨੇ ਸਿੱਧੂ ਬਾਈ ਦੀ ਉਸ ਤੋਂ ਬਾਅਦ ਕਿਉਂਕਿ ਕਈ ਵਾਰੀ ਮੈਂ ਜਦ ਬਾਹਰ ਸ਼ੂਟ ਲਾਉਂਦਾ ਸੀ ਉਹ ਸ਼ੂਟ ਆ ਜਾਂਦਾ ਸੀ ਉਹਦਾ ਚਲੋ ਇੱਕ ਵੀਡੀਓ ਹੈ ਬਹੁਤ ਬਹੁਤ ਕਿਸੇ ਹੱਦ ਤੱਕ ਮੈਂ ਉਹਨੂੰ ਧੀਰੇ ਉਹ ਮੈਨੂੰ ਗਾਣੇ ਦੇਣ ਆਇਆ ਸੀ ਜਦੋਂ ਉਹਨੇ ਮੈਨੂੰ ਗਾਣੇ ਸੁਣਾਏ ਜੀ ਮੈਨੂੰ ਇਹ ਗੱਲ ਕਹੀ ਸੀ ਤੂੰ ਆਪ ਗਾ ਹੁਣ ਇਹ ਗੱਲਾਂ ਉਹਦੇ ਨਾਲ ਹੀ ਚਲ ਗਈਆਂ ਕਈਆਂ ਨੇ ਕਹਿਣਾ ਵੀ ਡਾਇਲੌਗ ਮਰੀ ਜਾਂਦਾ ਪਤਾ ਨਹੀਂ ਕੀ ਕਹੀ ਜਾਂਦਾ ਪਰ ਮੈਂ ਗੱਲ ਆ ਸਹੀ ਗੱਲ ਆ ਆਹ ਮਤਲਬ ਹੁਣ ਕਈ ਲੋਕਾਂ ਨੇ ਇਹ ਗੱਲ ਕਹੀ ਦੇਣੀ ਆ ਹਨਾ ਵੀ ਐਲੀਨੇ ਦਾ ਬਾਈ ਬਸੇ ਕਹਿ ਵੀ ਰਹੇ ਚੱਲ ਵੀ ਰਿਹਾ ਇਹ ਕੰਮ ਹਨਾ ਬਸੇਰੇ ਲੋਕ ਆਗੇ ਜਿਹੜੇ ਮਤਲਬ ਉੱਠ ਕੇ ਕਹੀ ਜਾਂਦੇ ਆਗੇ ਵੀ ਸਿੱਧੂ ਨਾਲ ਸਾਡਾ ਬੜਾ ਲਿੰਕ ਸੀਗਾ ਸਿੱਧੂ ਆਏ ਸੀ ਸਿੱਧੂ ਜਾਉਂ ਸੀ ਹਨਾ ਸਾਡੇ ਤੋਂ ਪੁੱਛੇ ਬਿਨਾ ਗੱਲ ਨਹੀਂ ਸੀ ਕਰਦਾ ਸਿੱਧੂ ਠੀਕ ਆ ਤਾਂ ਕਹਿ ਰਿਹਾਗਾ ਬਾਈ ਵੀ ਲੋਕਾਂ ਨੇ ਯਕੀਨ ਨਹੀਂ ਮੰਨਣਾ ਇਹ ਚੀਜ਼ ਦਾ ਹਨ ਤੇ ਅੱਗੇ ਹੁੰਦਿਆ। ਰਿਵਿਊ ਚ ਕੀ ਮੈਂ ਉਦਾਂ ਵੀ ਝੂਠ ਘੱਟੇ ਬੋਲਦਾ ਮੇਰੇ ਤੋਂ ਬੋਲ ਨਹੀਂ ਹੁੰਦਾ ਜੇ ਬੋਲ ਦੇਵੇ ਬੰਦਾ ਉਹ ਕਿਸੇ ਦੇ ਨੁਕਸਾਨ ਲਈ ਨਹੀਂ ਹੁੰਦਾ ਫਾਇਦੇ ਲਈ ਹੋਊਗਾ। ਝੂਠ ਬੋਲਣਾ ਵੀ ਜੇ ਆਪਾਂ ਬੋਲਦੇ ਆ ਤਾਂ ਉਹ ਕਿਸੇ ਦੇ ਨੁਕਸਾਨ ਕਰਨ ਲਈ ਨਹੀਂ ਮੈਂ ਕਦੇ ਵੀ ਬੋਲੂਗਾ। ਕਿਸੇ ਦਾ ਫਾਇਦਾ ਕਰਨ ਲਈ ਹੀ ਬੋਲੂਗਾ। ਪਰ ਉਹ ਹੁਣ ਸਿੱਧੂ ਜਿਵੇਂ ਜਿੱਦਾਂ ਉਹਨੇ ਮੈਨੂੰ ਗਾਣੇ ਇੱਕ ਗੱਲ ਬਈ ਪੱਕੀ ਆ ਯਾਰ ਮਤਲਬ ਜਿਹੜਾ ਬੰਦਾ ਨਹੀਂ ਝੂਠ ਬੋਲਦਾ ਨਾ ਉਹ ਤੋਂ ਬੋਲੇ ਹੀ ਨਹੀਂ ਜਾਂਦਾ ਝੂਠ ਉਹ ਮਤਲਬ ਕਿਸੇ ਕਿਸੇ ਬੰਦੇ ਦਾ ਨੇਚਰ ਹੀ ਹੁੰਦਾ ਕਈ ਬੰਦੇ ਤਾਂ ਇਹੋ ਜਿਹੇ ਹੁੰਦੇ ਆ ਜਿਹੜੇ ਬਿਨਾਂ ਗੱਲ ਦੇ ਝੂਠ ਬੋਲੀ ਜਾਂਦੇ ਹਨ ਤੇ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਚਾਹ ਕੇ ਵੀ ਝੂਠ ਬੋਲ ਹੀ ਨਹੀਂ ਸਕਦੇਗੇ ਉਹ ਜਿੰਨਾ ਮਰਜੀ ਜ਼ੋਰ ਲਾ ਲੈਣ ਉਹਨੂੰ ਤਾਂ ਬੁੱਲੇ ਨਹੀਂ ਜਾਂਦਾ ਇਹਦੇ ਪਿੱਛੇ ਕੋਈ وجہ ਇਹ ਨਹੀਂ ਹੁੰਦੀ ਵੀ ਉਹ ਬੰਦੇ ਬਾਲੇ ਮਹਾਨ ਹੁੰਦਾ ਜਾਂ ਕੁਝ ਵੀ ਹਨ ਉਹ ਬਸ ਉਹਨਾਂ ਨੂੰ ਐ ਹੁੰਦਾ ਯਾਰ ਵੀ ਸੱਚ ਬੋਲ ਕੇ ਗੱਲ ਨਿਵੇੜੂ ਆ ਪਕੜਾ ਡਰਦਿਆਂ ਕਿਸੇ ਤੋਂ ਜਾਂ ਪਕੜਾ ਕਿਸੇ ਤੋਂ ਕੋਲ ਲੈ ਕੇ ਖਾਣਾ ਤੇ ਉਹਨਾਂ ਬੰਦਿਆਂ ਜਾਂ ਜੋ ਹਾਂ ਗਾ ਐਲੀ ਬਾਈ ਸੁਣਾਏ ਆ ਕੇ ਮੈਂ ਇਹਨੂੰ ਕਿਹਾ ਜੀ ਮੈਂ ਵੀਰੇ ਤੂੰ ਆ ਪਕੜਾ ਇਹ ਨਹੀਂ ਜونی ਆਵਾਜ਼ ਆ ਤੇਰੀ ਪਤਾ ਹੀ ਲੱਗ ਜਾਂਦਾ ਹੁਣ ਸਾਨੂੰ ਕਿਹੜੇ ਸਾਲ ਦੀ ਗੱਲ ਹੈ ਯਾਦ ਹੈ ਕੁਝ ਕੋਈ ਨਾ ਨਹੀਂ ਹੁਣ ਵਾਦਾ ਦਾ ਵਾਵਾ ਪੁਰਾਣੀਆਂ ਗੱਲਾਂ ਇਹ ਮੈਨੂੰ ਲੱਗਦਾ ਪਤਾ ਨਹੀਂ ਉਹਦਾ ਜੀਬੈਗਨ ਗਾਣਾ ਉਦੋਂ ਕਰਾਇਆ ਸੀ ਮੈਂ ਦੀਪ ਕੋਲੇ 16 17 ਜਾਂ 15 15 16 ਦੀ ਗੱਲ ਹੋਣੀ ਠੀਕ ਨਹੀਂ ਮੈਂ ਕੌਣ ਲੱਗਿਆ 14 15 ਕ ਦੀ ਗੱਲ ਹੋਣੀ ਮੈਨੂੰ ਲੱਗਦਾ ਸ਼ਾਇਦ ਉਦੋਂ ਕਰਨਾ ਉਦੋਂ 17 ਚ ਤਾਂ ਗਾਣੇ ਆਉਣ ਲੱਗ ਹੀ ਗਏ ਸੀਗੇ ਤੇ ਉਦੋਂ ਪਹਿਲਾਂ ਸਟਾਰਟ ਤਾਂ ਕੀਤਾ ਹੋਊਗਾ ਹਨਾ ਤਾਂ 16 ਜਾਂ 15 15 ਦੀ ਗੱਲ ਹੀ ਹੋ ਸਕਦੀ ਆ ਉਹ ਉਤੀ ਜੀ ਨਾਲ ਨੌਇਲਾ ਉਹ ਵੀ ਉਦੋਂ ਨਾਲ ਹੀ ਸੀਗਾ ਜਦ ਜਦ ਨੇ ਮੈਨੂੰ ਮਿਲਣਾ ਆ ਜੀ ਉਹਨੇ ਵੀ ਕਿਹਾ ਕਹਿੰਦਾ ਯਾਰ ਬਈ ਵਧੀਆ ਲੱਗਦਾ ਮੈਂ ਕਿਹਾ ਮੈਂ ਇਹਨੂੰ ਕਿਹਾ ਕਿ ਹਾਂ ਮੈਂ ਕਿਹਾ ਤੂੰ ਆਪ ਸਟਾਰਟਿੰਗ 'ਚ ਸਾਰੇ ਇਕੱਠੇ ਹੀ ਸੀਗੇ ਹਨਾ ਕਰਨ ਔਇਲਾ ਹੋ ਗਿਆ ਐਲੀ ਮੰਗਟ ਹੋ ਗਿਆ ਸਾਰੇ ਇੱਥੇ ਹੀ ਹੁੰਦੇ ਸੀਗੇ ਕਰਨ ਔਇਲਾ ਵੀ ਸਿੱਧੂ ਬਾਈ ਵੀ ਸਾਰੇ ਇੱਕੋ ਥਾਂ ਤੇ ਹੀ ਹੁੰਦੇ ਸੀ ਦੀਪ ਜੰਡੂ ਕੋਲ ਤਾਂ ਫਿਰ ਅਸੀਂ ਇਹਦੇ ਕੋਲੋਂ ਗਾਣੇ ਕਰਾਏ ਪਹਿਲੀਆਂ 'ਚ ਫਿਰ ਮੈਂ ਆਸਟ੍ਰੇਲੀਆ 'ਚ ਹੋਤੇ ਸੀ ਜਾਦੇ ਦਾ ਅਸਲ ਤੇ ਕਿਸਮਾਨ ਪੈ ਗਿਆ ਸੀਗਾ ਜਿਵੇਂ ਚੱਕਰੀ ਬਲੋਜਾ ਹੋ ਜਾਂਦਾ ਬੰਦਾ ਉਦੋਂ ਮੈਂ ਇਹਨੂੰ ਫੋਨ ਮੈਨੂੰ ਐਲੀ ਜੀ ਇਹ ਕਹਿੰਦਾ ਹੁੰਦਾ ਜਿਵੇਂ ਆਪਾਂ ਛੇੜ ਕੇ ਜੀ ਕਹਿੰਦੇ ਨੇ ਐਲੀ ਜੀ ਇਹ ਮੈਨੂੰ ਆਏ ਕਹਿੰਦਾ ਮੈਂ ਕਹਾਂ ਮੈਂ ਕਹਾਂ ਸੀ ਤੂੰ ਵਧੀਆ ਇੱਥੇ ਆਸਟ੍ਰੇਲੀਆ 'ਚ ਮੈਂ ਇਹਨੇ ਗੀਟ ਗੀਟ ਕੱਟਣ ਜਾਣਿਆ ਕਿ ਗੀਤ ਹੂਤ ਜਿਹੜੇ ਤੇਰੀ ਲੀਕ ਹੋ ਜਾਂਦੇ ਨੇ ਨਾ ਮੈਂ ਸਾਵਾਂ ਨਾ ਮਾਰਾ ਜਾ ਤੇਰਾ ਵਧੀਆ ਪੰਪ ਹੋ ਰਿਹਾ ਕੰਮ ਕਿ ਜੇ ਨਹੀਂ ਸਾਂਭਣੇ ਤਾਂ ਚੱਲਣ ਦੇ ਮੈਂ ਕਹਾਂ ਜੇ ਤੈਨੂੰ ਜੇ ਤੂੰ ਕਹਿੰਦਾ ਕਿ ਮੈਂ ਹੋਰ ਗਾਣੇ ਬਹੁਤ ਲਿਖ ਲੂੰਗਾ ਤਾਂ ਚੱਲਣ ਦੇ ਇਹਨਾਂ ਨੂੰ ਛੱਡੀ ਚੱਲਾਂ ਹਾਂ ਜਿਵੇਂ ਹਾਂ ਸਹੀ ਗੱਲ ਆ ਭਾਈ ਮਤਲਬ ਉਹਦੋਂ ਹੋਇਆ ਵੀ ਐਈ ਸੀਗਾ ਹਨਾ ਸਿੱਧੂ ਕਹਿੰਦਾ ਵੀ ਕੋਈ ਗ ਇੱਕ ਗੱਲ ਹੋਰ ਵੀ ਕਹਿੰਦੇ ਹੁੰਦੇ ਆ ਕਹਿੰਦੇ ਕੁੱਬੇ ਤੇ ਬਜੀ ਲੱਤ ਤੇ ਕੁੱਬੇ ਦਾ ਕੁੱਬ ਨਿਕਲ ਗਿਆ ਹਨਾ ਤੇ ਉਹ ਮਤਲਬ ਇਹ ਆਏ ਸੀਗਾ ਚੱਕਰ ਵੀ ਕੀਤੇ ਤਾਂ ਗਾਣੇ ਜਿਹੜੇ ਲੀਕ ਸੀਗੇ ਹਨਾ ਕਿਸੇ ਨੇ ਉਹ ਇਸ ਕਰਕੇ ਕੀਤੇ ਸੀ ਵੀ ਇਹ ਥੱਲੇ ਆ ਜੂਗਾ ਜਾਂ ਮਤਲਬ ਗਾਣੇ ਖਤਮ ਹੋਗੇ ਤਾਂ ਸਿੱਧੂ ਵੀ ਖਤਮ ਆ ਨਾਲ ਪਰ ਉਹਨਾਂ ਗਾਣਿਆਂ ਨੇ ਮਤਲਬ سپورਟ ਹੀ ਕੀਤੀ ਇੱਕ ਤਰ੍ਹਾਂ ਦੀ ਸਿੱਧੂ ਦੀ ਜਿਨ੍ਹਾਂ ਕੋਲ ਵੀ ਹੈ ਕਾ ਕਰ ਦੋ ਯਾਰ ਲੀਕ ਮੈਨੂੰ ਕੋਈ ਪਰਵਾਹ ਨਹੀਂ ਉਦੋਂ ਇਹਨੇ ਮੈਨੂੰ ਕਿਹਾ ਸੀ ਫਿਰ ਇਹਨੇ ਮੈਨੂੰ ਸੋਹਾਈ ਗਾਣਾ ਉਹ ਸੁਣਾਇਆ ਸੀ ਕਿ ਮੈਂ ਸੋਹਾਈ ਗਾਣਾ ਬਈ ਆ ਲਿਖਿਆ ਆ ਇਹਦਾ ਵੀਡੀਓ ਕਰ ਲਾ ਮੈਨੂੰ ਕਹੇ ਜੇ ਤੂੰ ਵੀਡਿਓ ਕਰ ਸਕਦਾ ਤਾਂ ਕਰ ਲੈ ਜੀ ਤੇਰੇ ਕੋਲ ਹੈਗਾ ਲਿੰਕ ਕੋਈ ਤਾਂ ਤੂੰ ਬਣਾ ਲੈਣਾ ਵੀਡੀਓ ਕੀ ਮੈਨੂੰ ਇੱਥੇ ਲੈ ਟਾਈਮ ਲਗਾਣਾ ਆਸਟ੍ਰੇਲੀਆ ਚੋਂ ਆਦੇ ਉਹਦੇ ਸ਼ੋ ਵੀ ਬਾਲੇ ਸੀਗੇ ਆਸਟ੍ਰੇਲੀਆ ਪਰ ਨਿਊਜ਼ੀਲੈਂਡ ਦੇ ਸੀਗੇ ਤੇ ਇਹਨੇ ਉਦੋਂ ਉਹ ਗਾਣਾ ਛੱਡਿਆ ਸੀ ਉਸ ਤੋਂ ਬਾਅਦ ਤਾਂ ਚਲੋ ਪੰਪਾ ਕੋਈ ਚੱਲ ਗਿਆ ਵਧੀਆ ਹੁਣ ਵੀ ਅੱਜ ਦੀ ਰੇਡ ਚ ਵੀ ਚੱਲੀ ਜਾਂਦਾ ਪਰ ਮੈਂ ਇਹਨੂੰ ਬਹੁਤ ਸਮਝਾਇਆ ਵਿੱਚ ਦੀ ਮੇਰੀ ਕਈ ਵਾਰੀ ਇਹਦੇ ਨਾਲ ਗੱਲ ਹੋਈ ਆ ਮੈਂ ਬਾਲਾ ਨਹੀਂ ਕਹਿੰਦਾ ਜੀ ਪਰ ਮੇਰੀ ਇਹਦੇ ਨਾਲ ਬਹੁਤ ਵਾਰੀ ਗੱਲ ਹੋਈ ਆ ਅਪਣਾ ਇਹਦਾ ਮੁੰਡਾ ਫਰੈਂਡ ਆ ਪੰਦਰ ਉਹ ਸੰਡੀ ਸੰਡੀ ਹੁੰਨੀ ਇਹਨੂੰ ਜਾਣਦੇ ਹੁੰਦੇ ਸੀ ਚੰਗੀ ਥੋੜਾ ਜਿਹਾ ਹਲਕਾ ਜਿਹਾ ਢੰਡਾ ਚੱਲ ਆ ਉਹਦੇ ਮਾਪਿਓ ਬਾਰੇ ਸੋਚ ਮਾਰਾ ਤੇ ਇੱਥੋਂ ਨਿਕਲ ਪਿੰਡੋ ਤੁਹਾਨੂੰ ਆਈਡੀਆ ਹੋ ਗਿਆ ਸੀ ਪਹਿਲਾਂ ਹੀ ਸਹੀ ਗੱਲ ਆ ਬਾਈ ਵੀ ਠੰਡਾ ਚੱਲ ਥੋੜਾ ਜਿਹਾ ਹਨਾ ਲੋੜ ਤੋਂ ਵੱਧ ਦਲੇਰੀ ਵੀ ਚੰਗੀ ਨਹੀਂ ਹੁੰਦੀ ਹੁਣ ਕੋਈ ਕਲਾਕਾਰ ਮੰਨੇ ਨਾ ਮੰਨੇ ਪਤਾ ਲੱਗ ਜਾਂਦਾ ਕਿ ਕੀ ਹੋਈ ਜਾਂਦਾ ਇੰਡਸਟਰੀ ਨੂੰ ਪਤਾ ਹੁੰਦਾ ਕੀ ਹੋ ਰਿਹਾ ਪਤਾ ਪਤਾ ਲੱਗ ਜਾਂਦਾ ਕੀ ਹੋ ਰਿਹਾ ਐ ਵੀ ਨਹੀਂ ਮੈਂ ਕਹਿੰਦਾ ਕਿ 101% ਬੰਦਾ ਸ਼ੋਰ ਹੁੰਦਾ ਪਰ ਕਲਾਕਾਰਾਂ ਕੋਲੇ ਜਿਵੇਂ ਹੁਣ ਮੈਂ ਆਪਾਂ ਇੱਥੇ ਬੈਠੇ ਆ ਮੈਂ ਕਿਸੇ ਦੇ ਘਰੇ ਬੈਠੋ ਤਾਂ 10 ਬੰਦੇ ਹੋਰ ਆ ਗਏ ਜਿੰਨਾਂ ਨੂੰ ਮੈਂ ਜਾਣਦਾ ਨਹੀਂ ਉਹ ਉਹਨਾਂ ਦੇ ਲਿੰਕ ਚ ਬੰਦੇ ਨੇ ਜਿਵੇਂ ਮੇਰੇ ਫਰੈਂਡ ਦੇ ਲਾਲੂ ਗਾਂ ਫਰੈਂਡ ਸਰਕਲ ਤੋਂ ਉਹਦੇ ਗਾਂ ਚ ਆ ਗਿਆ ਕੋਈ ਗੱਲੀ ਆਇਆ ਚਲੋ ਮਿਲ ਕੇ ਆਈਏ ਕਿਸੇ ਨਾ ਕਿਸੇ ਨੂੰ ਪਤਾ ਹੁੰਦਾ ਕੁਝ ਨਾ ਕੁਝ ਸਹੀ ਗੱਲ ਆ ਗਾਂ ਦੀ ਗੱਲ ਹੋ ਜਾਂਦੀ ਆ ਮਤਲਬ ਉਹ ਜਿਹੜਾ ਬੰਦਾ ਵੱਡੇ ਸਰਕਲ ਦੇ ਵਿੱਚ ਰਹਿੰਦਾ ਤਾਂ ਮਤਲਬ ਗੱਲਾਂ ਆਪ ਹੀ ਆਈ ਜਾਂਦੀਆਂ ਬੰਦੇ ਕੋਲ ਤੇ ਪਤਾ ਸਭ ਨੂੰ ਲੱਗ ਜਾਂਦਾ ਪਰ ਬੋਲਦਾ ਕੋਈ ਨਹੀਂ ਕਿ ਪੰਜਾਬ ਚ ਹੋਰ ਬਹੁਤ ਲੋਕ ਵਸਦੇ ਉਹ ਕਿਤੇ ਨਾ ਕਿਤੇ ਮਿਲ ਜਾਂਦੇ ਸਾਨੂੰ ਕਿ ਉੱਥੋਂ ਕੇ ਗੱਲਾਂ ਬਾਤਾਂ ਤੋਂ ਬੰਦਾ ਜਜਮੈਂਟ ਮਾਰ ਲੈਂਦਾ ਕਿ ਕੋਈ ਗੜਬੜ ਹੈਗੀ ਆ ਪਤਾ ਲੱਗ ਜਾਂਦਾ ਕਲਾਕਾਰ ਨੂੰ ਖਾਸ ਕਰਕੇ ਤੇ ਪਤਾ ਲੱਗ ਜਾਂਦਾ ਉਹਨੂੰ ਕਿ ਯਾਰ ਕੁਝ ਚੱਲ ਰ ਮਾਦੋ ਕਿਨੂੰ ਕਹਾ ਵੀ ਇਹ ਸਿੱਧੂ ਥੋੜਾ ਜਿਆਦਾ ਸੰਭਲ ਕੇ ਵੀਰੇ ਇਹਨਾਂ ਦਾ ਪਤਾ ਕੋਈ ਨਹੀਂ ਕਿ ਇਹਨੇ ਕਿੱਥੋਂ ਆ ਜਾਣਾ ਕਿੱਥੋਂ ਨਹੀਂ ਜਾਂ ਤਾਂ ਹੋਵੇ ਨਾ ਤੈਨੂੰ ਪਤਾ ਹੋਵੇ ਇਹ ਬੰਦਾ ਕਿ ਜੇ ਤੈਨੂੰ ਇਹੋ ਜਿਹੇ ਫੋਨ ਆਉਂਦੇ ਆ ਧਮਕੀਆਂ ਆਉਂਦੀਆਂ ਨੇ ਸਵੇਰੇ ਸ਼ਾਮ ਤਾਂ ਥੋੜਾ ਜਿਆਦਾ ਸੰਭਲ ਕੇ ਸਹੀ ਗੱਲ ਆ ਸੰਭਲ ਕੇ ਚੱਲਣਾ ਚਾਹੀਦਾ ਲੋੜ ਤੋਂ ਵੱਧ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਯਾਰ ਵੀ ਕੋਈ ਨਹੀਂ ਜੜਾਊਗਾ ਦੇਖ ਲਾਂਗੇ ਹਨਾ ਪਰ ਹੁਣ ਅਗਲੇ ਦਾ ਨਹੀਂ ਤਾਂ ਪਤਾ ਵੀ ਮਤਲਬ ਕੀ ਹਿਸਾਬ ਕਿਤਾਬ ਅਗਲਾ ਸੋਚੀ ਬੈਠਾ ਆਪਾਂ ਮਤਲਬ ਦੁਸ਼ਮਣ ਨੂੰ ਕਮਜ਼ੋਰ ਸਮਝ ਲੈਨੇ ਆ ਹਨਾ ਤੇ ਮਤਲਬ ਉਹ ਗਲਤੀ ਹੁੰਦਾ ਕੰਮ ਥੋੜਾ ਜਿਹਾ ਡਰ ਤੇ ਥੋੜਾ ਜਿਹਾ ਮੰਨ ਕੇ ਚੱਲੋ ਆਪਾਂ ਕਹਿ ਸਕਦੇ ਆ ਉਹ ਜ਼ਰੂਰੀ ਆ ਹਨਾ ਹਰੇਕ ਬੰਦੇ ਲਈ ਤੇ ਕੋਈ ਆਏ ਨਹੀਂ ਹੈਗਾਗਾ ਵੀ ਯਾਰ ਵੀ ਉਹੀ ਡਰ ਕੇ ਬੈਠੇ ਰਹੋ ਹਨਾ ਜਾਂ ਮਤਲਬ ਜਮਾਈ ਫਰੀ ਹੋ ਜਾਓ ਤਾਂ ਥੋੜਾ ਜਿਹਾ ਮਤਲਬ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ ਉਹ ਜ਼ਰੂਰੀ ਹੈਗਾ ਅੱਜ ਦੇ ਟਾਈਮ 'ਚ ਕਿਉਂਕਿ ਅੱਜ ਦੇ ਟਾਈਮ 'ਚ ਉਹ ਗੱਲਾਂ ਨਹੀਂ ਹੈਗੀਆਂ ਵੀ ਕੋਈ ਲੜਕਾਰ ਕੇ ਆਊਗਾ ਹਨਾ ਜਾਂ ਮਤਲਬ ਉਹ ਤਾਂ ਪਹਿਲਾਂ ਹੀ ਹੁੰਦੇ ਸੀ ਹਨਾ ਅਣਖ ਵਾਲੀਆਂ ਗੱਲਾਂ ਤੇ ਹੁਣ ਉਹ ਗੱਲਾਂ ਤਾਂ ਰਹੀਆਂ ਨਹੀਂ ਹੁਣ ਤਾਂ ਬਸ ਵੀ ਜਿੱਥੇ ਮਿਲ ਗਿਆ ਹਨਾ ਕੱਲੇ ਨੂੰ 10 ਜਣੇ ਉਹ ਵੀ ਅਸਲੇ ਨਾਲ ਲੈ ਸੋਗੇ ਹਨਾ ਤਾਂ ਕੋਈ ਮੁਕਾਬਲੇ ਵਾਲੀ ਗੱਲ ਨਹੀਂ ਹੈ ਨਾ ਉੱਥੇ ਜਿਗਰਾ ਕੁਛ ਕਰੇ ਹਨਾ ਤੇ ਪਰ ਇੰਨੀ ਗੱਲ ਜ਼ਰੂਰ ਆ ਗਈ ਯਾਰ ਵੀ ਅੱਗੇ ਤੋਂ ਬੋਲ ਦੇਖਦੇ ਆ ਯਾਰ ਪਤਾ ਨਹੀਂ ਹੁਣ ਉਹਦੇ ਦਿਮਾਗ 'ਚ ਕੀ ਸੀ ਜਾਂ ਨਾਲ ਦੇ ਕਿੱਦਾਂ ਦੇ ਸੀ ਉਹਦੇ ਜਾਂ ਕਿਹੇ ਜਿਹੇ ਮਾਹੌਲ 'ਚ ਸੀਗਾ ਹੁਣ ਮੈਨੂੰ ਇਹ ਚੀਜ਼ ਬਾਰੇ ਬਾਲੀ ਨੌਲੇਜ ਨਹੀਂ ਪਰ ਉਹਦੇ ਮਾਪੇ ਉਹਦਾ ਬੁਰਾ ਰਹੀ ਆ ਵਿਚਾਰਿਆਂ ਦਾ ਤੁਸੀਂ ਮਿਲੇ ਉਹਨਾਂ ਨੇ ਮੈਂ ਤਾਂ ਕਈ ਵਾਰ ਹੀ ਜਾਇਆ ਹਾਂ ਫੋਨ ਵੀ ਮੁਲਾਕਾਤ ਹੁੰਦੀ ਆ ਹਾਂ ਮੈਂ ਕਈ ਵਾਰ ਹੀ ਜਾਇਆ ਪਰ ਆ ਹੁਣ ਕੁਝ ਕ ਟਾਈਮ ਹੋ ਗਿਆ ਮੈਂ ਨਹੀਂ ਗਿਆ ਪਰ ਜਦੋਂ ਮੈਂ ਆਇਆ ਬਾਰਾਂ ਉਹ ਮੈਂ ਦੋ ਤਿੰਨ ਵਾਰ ਹੀ ਜਾ ਕੇ ਆਇਆ ਜਦੋਂ ਮੈਨੂੰ ਮਿਲਿਆ ਸੀ ਸ਼ਾਇਦ ਹੀ ਕੋਈ ਕਲਾਕਾਰ ਉਹ ਉਸ ਉਸ ਟਾਈਮ ਦੇ ਵਿੱਚ ਮਿਲਿਆ ਹੋਵੇ ਜਿਹੜੇ ਸਿੱਧੂ ਨੂੰ ਮੈਂ ਜਾਣਦਾ ਸੀ ਬਟ ਜਿਉਂ ਜਿਉਂ ਟਾਈਮ ਪਈ ਗਿਆ ਉਹਦੇ ਚ ਲਾਈ ਹੋਈ ਕੋਈ ਫਲਾਨ ਨੇ ਬਹੁਤ ਫਿਰੇ ਉੱਥੇ ਮੈਂ ਮੈਂ ਸੀ ਆਪ ਹੀ ਗੱਲਾਂ ਕਰ ਦਿੰਦਾ ਕਿ ਬਹੁਤ ਜਾਣੇ ਉੱਥੇ ਫਿਰੇ ਉਹਨੇ ਗਾਣੇ ਕੱਢਦੇ ਕਿ ਮੇਰੇ ਯਾਰ ਮੇਰੇ ਬਦਲਾ ਲੈਣਗੇ ਸਿੱਧੂ ਨੇ ਇਦਾਂ ਦੇ ਗਾਣੇ ਕੱਢੇ ਹੋਇਆ ਪਰ ਸਾਲਾ ਕੋਈ ਖੜਿਆ ਹੀ ਨਹੀਂ ਮੈਂ ਤਾਂ ਕੋਈ ਦਿਖਿਆ ਹੀ ਨਹੀਂ ਉੱਥੇ ਸਹੀ ਤੁਹਾਡੇ ਨਾਲ ਕਰੀ ਇਦਾਂ ਹੋਇਆ ਕਿ ਲੋਕ ਤੁਹਾਡੇ ਨਾਲ ਸਿਰਫ ਮਤਲਬ ਨਾਲ ਜੁੜੇ ਹੈ ਮੈਂ ਕਲਾਕਾਰਾਂ ਨਾਲ ਬੜਾ ਬ ਮਜਦੀ ਕਰਿਆ ਆਪਾਂ ਬੈਠੇ ਆ ਮੇਰਾ 25 30 ਸਾਲ ਤੋ ਜਾ ਰਿਆ ਛੋਟੇ ਹੁੰਦੇ ਤੋਂ ਅਸੀਂ ਇਕੱਠੇ ਆ ਯਾਰ ਜਾਂ ਮੇਰਾ ਜਿੰਨਾ ਵੀ ਫਰੈਂਡ ਸਰਕਲ ਮੇਰੇ ਨਾਲ ਆ ਉਹ ਅਸੀਂ ਸਾਰੇ ਸਕੂਲ ਕਾਲਜ ਵਾਲੇ ਆ ਸਹੀ ਆ ਯਾਰ ਮਤਲਬ ਮਤਲਬ ਲਈ ਕਿਸੇ ਬੰਦੇ ਨਾਲ ਆਪਾਂ ਜੇ ਜੁੜਾਂਗੇ ਹਨਾ ਤਾਂ ਦਸੜਬਾਈ ਨੇ ਵੀ ਕਹੀ ਸੀ ਗੱਲ ਹਨਾ ਵੀ ਮਤਲਬ ਲਈ ਜਿਹੜਾ ਤੁਹਾਡੇ ਨਾਲ ਜੁੜੂਗਾ ਹਨਾ ਨਾ ਉਹ ਥੋੜਾ ਹੋਵੇ ਤੇ ਨਾ ਤੁਸੀਂ ਉਹਦੇ ਹੋਵੋ ਠੀਕ ਆ ਮਤਲਬ ਯਾਰੀ ਤਾਂ ਆਈਆਂ ਵੀ ਜਿਹੜੀਆਂ ਮਤਲਬ ਪਹਿਲਾਂ ਨਹੀਂ ਪੰਗਾ ਹੋ ਗਿਆ ਹਨਾ ਬਿਨਾ ਕਿਸੇ ਲਾਲਚ ਤੋਂ ਹਨਾ ਬਿਨਾ ਕਿਸੇ ਕੰਮ ਤੋਂ ਮਤਲਬ ਜਿਹੜੀਆਂ ਯਾਰੀਆਂ ਪੰਗਾ ਹੋ ਗਿਆ ਉਹੀ ਨਿਭਦੀਆਂ ਆ ਤੇ ਬਹੁਤ ਬੰਦੇ ਹੁੰਦੇ ਜਿਨ੍ਹਾਂ ਤੋਂ ਬਈ ਨਵੇਂ ਬੰਦਿਆਂ 'ਚ ਖੁੱਲ੍ਹੇ ਹੀ ਨਹੀਂ ਜਾਂਦਾ ਹਨ ਤੇ ਮੈਂ ਵੀ ਉਹੋ ਜਿਹਾ ਬੰਦਾ ਹੀ ਆ ਵੈਸੇ ਮੈਥੋਂ ਬਾਹਲੇ ਨਵੇਂ ਬੰਦਿਆਂ 'ਚ ਨਹੀਂ ਖੁੱਲ੍ਹਿਆ ਜਾਂਦਾ ਜਿਹੜੇ ਆਪਣੇ ਕੋ ਹੈਗੇ ਯਾਰ ਦੋਸਤ ਆਪਣੇ ਬਹੁਤ ਵਧੀਆ ਹੈਗੇ ਤਾਂ ਮਤਲਬ ਉਹੀ ਉਹਨਾਂ 'ਚ ਹੀ ਰਹਿ ਕੇ ਰਾਜੀ ਆਗਾ ਜੀ ਨਹੀਂ ਕਰਦਾ ਹਨ ਕਿਸੇ ਵੀ ਹੋਰ ਬੰਦੇ ਨਾਲ ਖਾਸ ਕਰਕੇ ਜਿਹੜੇ ਬੰਦੇ ਆਪਣੇ ਤੋਂ ਬਹੁਤ ਉੱਤੇ ਦੇ ਆ ਹਨ ਤਾਂ ਉਹਨਾਂ ਨਾਲ ਤਾਂ ਜਮ ਨਹੀਂ ਮਤਲਬ ਰਹਿ ਕੇ ਰਾਜੀ ਨਹੀਂ ਮੈਂ ਨਾ ਬਲਾ ਕੇ ਰਾਜੀ ਆ ਅੱਗੇ ਲਿਖ ਦਿਆਂ ਉਹ ਏਦਾਂ ਨਹੀਂ ਕਲਾਕਾਰੀ ਤੋਂ ਬਾਅਦ ਆਏ ਮੇਰੇ ਕੋਲ ਵੀ ਬਹੁਤ ਗੱਡੀਆਂ ਲੈਂਡ ਕਰੂਜ਼ਰਾਂ ਪੋਰਸ਼ਨਾਂ ਵਾਲੇ ਬਹੁਤ ਬੰਦੇ ਆਏ ਮੇਰੇ ਕੋਲੇ ਪਰ ਮੈਂ ਬੜਾ ਉੱਪਰ ਹੀ ਬੰਦੇ 'ਚ ਬਹਿ ਕੇ ਖੁਸ਼ ਨਹੀਂ ਆਇਆ। ਸਟਾਰਟਿੰਗ ਤੋਂ ਦੇ ਨੇਚਰ ਹੈ ਕਿ ਜਾਂ ਫਿਰ ਇਸ ਇੰਡਸਟਰੀ ਵਿੱਚ ਸੱਚੀ ਨਹੀਂ ਨਾ ਕਿ ਇੱਕ ਗਣਾ ਆਇਆ ਮੈਂ ਕਲਾਕਾਰ ਬਣ ਕੇ ਆ ਗਈ ਬੁੱਲੇ ਬੁੱਲੇ ਨਾ ਨਾ ਹੋ ਗਈ। ਮੈਂ ਇਸ ਟਾਈਪ ਉਹ ਇਸ ਟਾਈਪ 'ਤੇ ਚੱਲੇ ਆ ਤਾਂ ਮੈਨੂੰ ਹਜਮ ਹੁੰਦੀ ਗਈ ਹਲਾਕਾਰੀ। ਪਤਾ ਲੱਗਦਾ ਰਿਹਾ ਕਿਹੜਾ ਕੀ ਕਰਦਾ ਕਿਹੜਾ ਕੀ ਕਰਦਾ ਸਿੱਧੂ ਦਾ ਵਨ ਟਾਈਮ ਬੂਮ ਸੀਗਾ। ਇਹਨੂੰ ਸਮਝ ਨਹੀਂ ਲੱਗੀ ਮੇਰੇ ਹਿਸਾਬ ਨਾਲ ਕਿ ਇਹਨੂੰ ਨਾਲ ਰੱਖਣਾ ਕਿ ਇਹਨੂੰ ਨਹੀਂ ਰੱਖਣਾ ਜਾਂ ਕਈ ਬੰਦੇ ਤਾਂ ਐ ਇਹਦੇ ਕੋਈ ਚਾਰ ਡਾਇਲੌਗ ਮਾਰਦਾ ਇਹਨੂੰ ਲੱਗਦਾ ਇਹ ਬੰਦਾ ਆਪਾ ਵਧੀਆ ਏ ਮਤਲਬ ਯਾਰ ਫਿਰ ਇੱਕ ਤਰ੍ਹਾਂ ਦਾ ਇੱਕ ਪੋੜਾ ਬੰਦਾ ਹੀ ਕਹਿ ਸਕਦੇ ਆਪਾਂ ਹਨਾ ਵੀ ਹਰੇਕ ਬੰਦੇ ਦੀਆਂ ਗੱਲਾਂ ਜ ਆ ਜਾਣਾ ਯਾਰ ਵੀ ਜੇ ਕਿਸੇ ਨੇ ਚਾਰ ਪਿਆਰ ਦੀਆਂ ਗੱਲਾਂ ਕਰਤੀਆਂ ਪਿਆਰ ਨਾਲ ਬੁਲਾ ਲਿਆ ਹਨਾ ਤੇ ਕਹਤਾ ਤੇਰੇ ਭਰਾ ਆ ਗਏ ਅਸੀਂ ਹਨਾ ਤੇ ਮਤਲਬ ਉਹਨੂੰ ਸੱਚ ਮੰਨ ਲੈਣਾ ਤੇ ਹੈ ਵੀ ਐ ਹੀ ਸੀਗਾ ਯਾਰ ਉਹ ਬੰਦਾ ਮਤਲਬ ਸਾਰਿਆਂ ਨੂੰ ਪਤਾ ਹੀ ਆ ਆਪਾਂ ਨੂੰ ਹਨਾ ਵੀ ਜਿਹਨੇ ਪਿਆਰ ਨਾ ਬਲਾ ਲਿਆ ਬਸ ਵੀ ਉਹਦਾ ਹੀ ਹੋ ਜਾਂਦਾ ਜੇ ਕੋਈ ਮਤਲਬ ਔਖਾ ਹੁੰਦਾ ਸੀ ਤਾਂ ਫਿਰ ਉਦੋਂ ਵੱਧ ਔਖਾ ਹੋ ਜਾਂਦਾ ਸੀ ਹਨਾ ਸਿੱਧਾ ਤੇ ਸਿੰਪਲ ਜਿਹਾ ਬੰਦਾ ਸੀਗਾ ਕੀ ਐਡਾ ਨਹੀਂ ਥਿੰਕਿੰਗ ਸੀ ਉਹ ਬੰਦੇ ਦੀ ਪਤਾ ਨਹੀਂ ਹੁਣ ਇਹਦੇ ਨਾਲ ਵੈਸੇ ਗਏ ਬਹੁਤ ਉੱਤੇ ਪੈਂਡੇ ਦੇ ਜਿਹੜੇ ਜਿਉਂਦਾ ਸੀ ਸਾਡਾ ਆਪਾਂ ਹੀ ਸਾਡਾ ਐ ਪਰ ਹੁਣ ਮੈਂ ਅਗਰੇ ਦੇਖਿਆ ਨਹੀਂ ਯਾਰ ਤੁਸੀਂ ਏਟਲੀਸਟ ਉਹਦੇ ਮਾਪਿਆਂ ਨੂੰ ਤਾਂ ਮਿਲ ਕੇ ਆਉ ਜਾ ਕੇ ਸਹੀ ਗੱਲ ਆ ਜਾਓ ਕਿਤੇ ਧਰਨਾ ਦੇਣ ਜਾਂਦੇ ਜਾਂ ਬੋਲਣ ਜਾਂਦੇ ਯਾਰ ਘੱਟੋ ਘੱਟ 5 ਕਲਾ ਦੀਪ ਸਿੱਧੂ ਦੇ ਭੋਗ ਤੇ ਗੇਸੇ ਜੀ ਬਾਈ ਨੇ ਮੋਤੇ ਆਏ ਫਾਦਰ ਸਾਹਿਬ ਮੈਨੂੰ ਤਾਂ ਲੱਗਦਾ ਕਿ ਸੀਗਾ ਕੋਈ ਕਲਾਕਾਰ ਹੈ ਨਹੀਂ ਸੀ ਨਾਲ ਨਾ ਬਾਈ ਅੰਕਲ ਇਕੱਲੇ ਹੀ ਜờ ਮੌਤਰ ਲੱਗਿਆ ਜੀ ਫਰਮਾ ਯਾਰ ਛੱਡ ਉੱਥੇ ਪਹਿਲਾਂ ਹੀ ਭੀੜ ਬਹੁਤ ਸੀ ਮੈਂ ਮੱਥਾ ਟੇਕ ਕੇ ਹੌਲੀ ਹੌਲੀ ਚੁੱਪਚੀ ਬੀਤੇ ਜੇ ਨਿਕਲਾ ਜੀ ਮੈਂ ਵੀ ਤਾਂ ਵੀ ਮੈਨੂੰ ਇੰਟਰਵਿਊ ਕੈਮਰੇ ਵਾਲਿਆਂ ਨੇ ਉੱਥੇ ਘੇਰ ਲਿਆ ਗੱਡੀ 'ਚ ਕਿ ਪਤਾ ਪਤਾ ਲੱਗਿਆ ਉਹ ਜਾਂਦਾ ਪਰ ਇਹ ਅੰਕਲ ਦੇ ਨਾਲ ਤੁਰਨਾ ਚਾਹੀਦਾ ਬੰਦਿਆਂ ਨੂੰ ਮੈਂ ਵੀ ਕਹਿੰਦਾ ਮੈਨੂੰ ਵੀ ਤੁਰਨਾ ਚਾਹੀਦਾ ਮੇਰਾ ਫਰਜ਼ ਵੀ ਬਣਦਾ ਪਰ ਮੇਰੇ ਜਦੋਂ ਫ ਨੇ ਮੈਂ ਆਹ ਕਰਨ ਨੂੰ ਇਹ ਵੀ ਗੱਲ ਕਹੀ ਜੀ ਮਾਂ ਕੱਲ ਜੇ ਕਿਤੇ ਡੜੀ ਲੋਂਦਾ ਹੁੰਦਾ ਤੇ ਨਾ ਇੱਕ ਡਾਗੇ ਖੜਦਾ ਜਿੱਥੇ ਮਰਜ਼ੀ ਲੈ ਜਾਂਦਾ ਮੈਨੂੰ ਮੈਨੂੰ ਕੋਈ ਪਰਵਾਹ ਨਹੀਂ ਸੀ। ਕੀ ਬਾਤ ਆ ਆ ਬੰਦੇ ਨੇ ਯਾਰ ਉਹ ਗੱਲ ਕਹੀ ਆ ਜਿਹੜੀ ਕਦੇ ਕਿਸੇ ਨੇ ਕਹੀ ਹੋਈ ਨਹੀਂ ਮੈਂ ਕਹਿੰਦਾ ਯਾਰ ਵੀ ਸਾਰੀ ਇੰਡਸਟਰੀਜ਼ 'ਚ ਕਦੇ ਕਿਸੇ ਨੇ ਇਹ ਗੱਲ ਨਹੀਂ ਕਹੀ ਹਨਾ ਠੀਕ ਆ ਚੱਲ ਬੰਦੇ ਦੀਆਂ ਮਜਬੂਰੀਆਂ ਹੁੰਦੀਆਂ ਹੁਣ ਇਹ ਬੰਦੇ ਨੇ ਦੱਸ ਰਿਹਾਗਾ ਵੀ ਹਾਂ ਵੀ ਮੇਰੀ ਮਾਂ ਕੱਲੀ ਆ ਹਨਾ ਤੇ ਵੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹਨ ਤੇ ਮੇਰੀ ਮਾਂ ਕੱਲੀ ਹੈਗੀ ਮੈਨੂੰ ਕੱਲੀ ਮਾਂ ਦੇਖਦੀ ਆਪਦੀ ਹਨ ਤਾਂ ਕਰਕੇ ਮੈਂ ਕਿਸੇ ਵੀ ਪੰਗੇ 'ਚ ਪੈਣਾ ਨਹੀਂ ਜਾਂਦਾ ਹਨ ਨਹੀਂ ਤੇਰਾ ਬਾਪੂ ਹੈਕੜਾਗੇ ਖੜਦਾ ਮੈਂ ਸਿੱਧੂ ਦੇ ਫਾਦਰ ਸਾਹਿਬ ਨੂੰ ਇਹ ਗੱਲ ਕਹਿ ਰਿਹਾ ਹਨ ਤਾਂ ਯਾਰ ਵਧੀਆ ਗੱਲ ਹੈ ਇਹ ਕਿ ਘੱਟੂ ਘੱਟ ਬੰਦੇ ਨੇ ਕਿਹਾ ਤਾਂ ਹੈਵੀ ਭਾਈ ਆਹਾ ਮੇਰੀ ਮਜਬੂਰੀ ਹੈ ਨਹੀਂ ਮੈਂ ਖੜਦਾ ਠੀਕ ਆ ਖੂਰਾਦਿਆਂ ਵੀ ਹੋ ਸਕਦੇ ਆ ਵੀ ਮਜਬੂਰਗਾ ਹੋਣ ਇਹੋ ਜੀ ਗੱਲ ਨਹੀਂ ਹੁੰਦੀ ਹਨ ਕੋਈ ਮਤਲਬ ਯਾਰ ਦੇਖਿਆ ਆ ਬੇ ਤਾਂ ਕੋਈ ਵੀ ਬੰਦਾ ਹਨ ਪੈਰ ਪਾ ਕੇ ਰਾਜ਼ੀ ਨਹੀਂ ਹੈਗਾ ਠੀਕ ਆ ਉਹਨੂੰ ਐ ਹੁੰਦਾ ਹਰੇਕ ਬੰਦੇ ਨੂੰ ਵੀ ਜੇ ਆਪਾਂ ਬੋਲਾਂਗੇ ਕੱਲ ਨੂੰ ਆਪਣੇ ਨਾਲ ਵੀ ਐਦਾਂ ਦਾ ਕੁਝ ਹੋਊਗਾ ਹਨਾ ਜਾਂ ਆਪਾਂ ਨੂੰ ਧਮਕੀਆਂ ਆਉਣਗੀਆਂ ਜਾਂ ਜੋ ਵੀ ਆ ਹਨਾ ਸਿਸਟਮ ਪਰ ਗੱਲ ਇਹ ਹੈ ਯਾਰ ਵੀ ਉਹਦੇ ਮਾਪਿਓ ਨਾਲ ਖੜ ਤਾਂ ਸਕਦੇ ਆ ਨਾ ਆਪਾਂ ਠੀਕ ਆ ਵੀ ਜੇ ਨਹੀਂ ਸਪੋਰਟ ਕਰਨੀ ਜੇ ਤੁਸੀਂ ਨਹੀਂ ਮਤਲਬ ਉਹਦੇ ਪਿੱਛੇ ਰਿਸਕ ਲੈ ਸਕਦੇ ਆ ਹਨਾ ਪਰ ਤੁਸੀਂ ਐਟ ਲੀਸਟ ਖੜ ਤਾਂ ਸਕਦੇ ਆ ਨਾ ਮਾਪਿਓ ਨਾਲ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆ ਤੁਸੀਂ ਮਤਲਬ ਉਹਨਾਂ ਦੇ ਕੰਮ ਤਾਂ ਆ ਸਕਦੇ ਆ ਨਾ ਕਿਤੇ ਉਹਨਾਂ ਨੂੰ ਮਤਲਬ ਆਉਣਾ ਜਾਣਾ ਜੋ ਜੋ ਵੀ ਆ ਹਨਾ ਸਿਸਟਮ ਜਿੰਨਾ ਕੁ ਹੋ ਸਕਦਾਗਾ ਮਤਲਬ ਛੋਟੇ ਬੱਦਰ ਤੇ ਹੀ ਸਹੀ ਭਾਵੇਂ ਹੈਲਪ ਦਾ ਕਰ ਸਕਦੇ ਨਾ ਉਹਨਾਂ ਦੀ ਬਿਨਾ ਕਿਸੇ ਦੀਆਂ ਨਜ਼ਰਾਂ ਚਾਹੀਏ ਜਾਂ ਬਿਨਾ ਕੋਈ ਇਹੋ ਜੀ ਗੱਲ ਬੋਲੇ ਕੀ ਕਰਾਂ ਯਾਰ ਮੈਂ ਹੁਣ ਸਮਝ ਨਹੀਂ ਲੱਗ ਰਹੀ ਮੈਨੂੰ ਇਹ ਅੰਕਲ ਨੂੰ ਮੈਂ ਕਹੀ ਹੈ ਗੱਲ ਚਾਹੀਏ ਪੁੱਛ ਲਈ ਸੀ ਜਾ ਕੇ ਉਹ ਕਹਿੰਦੇ ਸਾਨੂੰ ਪਤਾ ਹੁਣ ਮੈਂ ਜਦ ਡੈਡੀ ਦੀ ਡੈਥ ਹੋ ਗਈ ਮਾਤਾ ਕੱਲੀ ਜੀ ਹੋ ਗਈ ਥੋੜੀ ਜੀ ਮੈਂ ਥੋੜਾ ਜਿਹਾ ਉਦੋਂ ਦਾ ਘਰੇ ਰਹਿਣ ਲੱਗਾ ਮੈਂ ਤਾਂ ਸ਼ਾਮ ਨੂੰ ਟਾਈਮ ਨਾਲ ਘਰੇ ਵਗ ਜਾਂਦਾ ਹੁਣ ਨਹੀਂ ਮੈਂ ਬੇਖੌਬਜਾ ਬੰਦਾ ਜੀ ਬੇਪਰਵਾਹ ਜ ਮੈਨੂੰ ਕੋਈ ਪਰਵਾਹ ਨਹੀਂ ਚਿੰਦੀ ਬਾਪੂ ਜਦੋਂ ਹੁੰਦਾ ਸੀ ਕਿ ਕੋਈ ਚੱਕਰ ਨਹੀਂ ਘਰੇ ਹੈਗਾ ਬੰਦਾ ਕੋਈ ਸਹੀ ਕਾਮ ਕੋਈਟ ਜਾਂ ਘਰੇ ਰਹਿਣ ਲੱਗਿਆ ਕਿ ਥੋੜਾ ਜਿਹਾ ਮੰਮੀ ਹੋਰੀ ਟੈਂਸ਼ਨ ਵਿੱਚ ਰਹਿੰਦੇ ਹੁੰਦੇ ਸੀ ਫਿਰ ਸੋ ਘਰੇ ਰਹਿਣ ਲੱਗਾ ਮੈਂ ਘਰੇ ਰਹਿ ਕੇ ਮੇਰਾ ਮਨ ਉਦਾਂ ਦਾ ਹੋ ਗਿਆ ਪਰ ਮਾ ਹੋ ਜਾ ਗਿਆ ਹੁਣ ਜਦੋਂ ਕਹਿੰਦੇ ਕਿ ਬੱਚੇ ਦੇ ਸਿਰ ਤੇ ਪਿਓ ਦਾ ਹੱਥ ਹੁੰਦਾ ਨਾ ਬਹੁਤ ਬੇਫਿਕਰਾ ਜਿਹਾ ਤੁਸੀਂ ਕਹਿ ਰਹੇ ਹੋ ਬੇਫਿਕਰਾ ਟੈਂਸ਼ਨ ਨਹੀਂ ਜੀ ਟੈਂਸ਼ਨ इजीली ਬਣੀ ਹੁੰਦੀ ਬਾਅਦ ਹੁਣ ਜਦਦੇ ਡੇੜੀ ਗਿਆ ਉਸ ਤੋਂ ਬਾਅਦ ਮੈਂ ਅੰਕਲ ਨੂੰ ਵੀ ਇਹ ਗੱਲ ਕਹੀ ਆ ਮੈਂ ਅੰਕਲ ਮੈਂ ਤਾਂ ਇੱਕ ਢਾਗ ਖੜਾ ਵੀ ਹੁਣ ਵੀ ਖੜਾ ਕੋਈ ਚੱਕਰ ਨਹੀਂ ਆ ਪਰ ਜੋ ਮੈਂ ਪਹਿਲਾਂ ਖੜਨਾ ਸੀ ਤੁਹਾਡੇ ਨਾਲ ਕਿ ਮੈਂ ਹੁਣ ਉਵੇਂ ਨਹੀਂ ਖੜ ਸਕਦਾ ਸਹੀ ਜੀ ਅੱਲਾ ਬਈ ਜਿਵੇਂ ਪਹਿਲਾਂ ਮਤਲਬ ਖੜ ਮਤਲਬ ਖੁੱਲ ਕੇ ਸਾਹਮਣੇ ਆ ਕੇ ਸਪੋਰਟ ਨਹੀਂ ਕਰ ਸਕਦਾ ਹਨ ਪਰ ਜਿਹੜੀ ਵੀ ਕੋਈ ਮੰਨ ਕੇ ਚੱਲੋ ਵੀ ਹੈਲਪ ਦੀ ਲੋੜ ਆ ਜਾਂ ਕੋਈ ਵੀ ਹਨਾ ਤਾਂ ਉਹ ਉਹਦੇ ਲਈ ਪਿੱਛੇ ਨਹੀਂ ਹਟਦਾ ਇਹ ਕਹਿਣਾ ਚਾਹੁੰਦਾ ਬਾਈ ਮੈਂ ਤਾਂ ਜੇ ਪੱਕਾ ਹੀ ਨਾਲ ਹੀ ਰੱਖ ਲੈਂਦਾ ਕੋਈ ਚੱਕਰ ਹੀ ਨਹੀਂ ਸੀ ਮੈਨੂੰ ਦਿੱਤੇ ਕਹਿੰਦਾ ਮੈਂ ਤੇ ਨਾਲ ਚੱਲਦਾ ਪਰ ਮੈਨੂੰ ਮਾਪੇ ਦੀਂਦੇ ਮਾਂ ਮੰਮੀ ਦੀਦੀ ਘਰੇ ਮੈਂ ਕਹਾ ਤਾਂ ਕਰਕੇ ਮੈਂ ਥੋੜਾ ਜਿਆਦਾ ਹੋ ਗਿਆ ਜਦੋਂ ਬਾਈ ਵਾਲਾ ਰੋਲਾ ਵੀ ਬੱਬੂ ਬਾਈ ਵਾਲਾ ਉਦੋਂ ਵੀ ਸਾਡੀ ਬਹੁਤ ਗੱਲ ਹੋਈ ਜਾਂ ਬਤਾ ਉਹ ਕਹਿੰਦਾ ਨਹੀਂ ਯਾਰ ਮੇਰਾ ਕੋਈ ਸੀਨ ਨਹੀਂ ਹੈ ਜਿਉਂ ਤਿਉਂ ਬਣਾਣਾ ਉਦੋਂ ਬਾਈ ਕਹਿੰਦੇ ਮੇਰਾ ਕੋਈ ਸੀਨ ਨਹੀਂ ਫਿਰ ਉਹ ਸੀ ਹਾਂ ਵੀ ਸੀਨ ਦੋਨੇ ਕਹਿੰਦੇ ਸੀ ਵੀ ਮੇਰਾ ਕੋਈ ਸੀਨ ਨਹੀਂ ਉਧਰ ਬੱਬੂ ਬਣ ਕੇ ਕਹਿੰਦੇ ਮੇਰਾ ਕੋਈ ਸੀਨ ਨਹੀਂ ਹਨਾ ਤੇ ਮਤਲਬ ਇਹ ਤਾਂ ਜਿਵੇਂ ਮੰਨ ਕੇ ਚੱਲੋ ਵੀ ਕਿਸੇ ਨੇ ਕੋਈ ਖਬਰ ਬਣਾਤੀ ਇੱਕ ਤਾਂ ਖਬਰਾਂ ਵਾਲੇ ਚੈਨਲਾਂ ਨੇ ਬਹੁਤ ਗੱਦ ਪਾਇਆ ਸੀ ਉਦੋਂ ਹਨਾ ਤੇ ਕਈ ਬੰਦੇ ਵਧੀਆ ਵੀ ਆਇਆ ਰਹੇ ਹਨਾ ਪਰ ਜ਼ਿਆਦਾਤਰ ਹਨਾ ਖਬਰ ਉੱਤੇ ਕੁਝ ਔਰ ਲਿਖ ਦਿੰਦੇ ਆ ਗੱਲ ਛੁੱਟੀ ਜੀ ਹੁੰਦੀ ਆ ਉਹਨੂੰ ਵਧਾ ਚੜਾ ਕੇ ਲਿਖਣਾ ਤਾਂ ਉਹਨੇ ਜੀ ਐਂ ਕਰਤਾ ਤਹਿਲਕਾ ਮਚ ਗਿਆ ਹੁਣ ਪੈ ਗਿਆ ਪੜਥੂ ਜੇ ਉਹ ਫਲਾਣਾ ਢਿੰਗਾ ਹਨਾ ਭੜੇ-ਭੜੇ ਥੰਬ ਰੇਲ ਬਣਾਵਣਾ ਲਾਈ ਜਾਂਦੇ ਆ ਪਤਾ ਨਹੀਂ ਤੇ ਵਿੱਚੋਂ ਕੁਝ ਵੀ ਨਹੀਂ ਨਿਕਲਦੀ ਹੁੰਦੀ ਗੱਲ ਤੇ ਇਹਨਾਂ ਨੇ ਇੱਕ ਮਤਲਬ ਕਈ ਇਹ ਜੇ ਪੇਜ ਲਾ ਲਓ ਹਨਾ ਇੰਸਟਾਗ੍ਰam ਤੇ ਲਾ ਲਓ ਜਾਂ ਫੇਸਬੁੱਕ ਤੇ ਲਾ ਲਓ ਫੇਸਬੁੱਕ ਹੀ ਬਦਵਾਨ ਹਨਾ ਤਾਂ ਉਹ ਉਹ ਉਹਨਾਂ ਨੇ ਆਪਸ ਚ ਲੜਾਈ ਸ਼ੁਰੂ ਕਰਤੀ ਵੀ ਬੱਬੂ ਮਾਨ ਆਏ ਆ ਜੀ ਉਹ ਕਹਿੰਦੇ ਸਿੱਧੂ ਆਏ ਆ ਜੀ ਹਨਾ ਤਾਂ ਮਤਲਬ ਥੋੜਾ ਜਿਹਾ ਚੱਕਰ ਪਿਆ ਉਹਨਾਂ ਗੱਲਾਂ ਕਰਕੇ ਇਹ ਆਪਸ ਦੇ ਵਿੱਚ ਇਹਨਾਂ ਦਾ ਕੋਈ ਐਡਾ ਰੌਲਾ ਹੈ ਨਹੀਂ ਸੀਗਾ ਤੇ ਅੱਗੇ ਦੇਖਦੇ ਆ ਇਹਨਾਂ ਜੀ ਦਾ ਮਤਲਬ ਕਿੰਨਾ ਲੋਕ ਤੁਹਾਨੂੰ ਕੀ ਲੱਗਦਾ ਕੌਣ ਰੀਡ ਕਰ ਦਿੰਦਾ ਇਹਦਾ ਪਤਾ ਨਹੀਂ ਰੌਲਾ ਹੀ ਪਤਾ ਨਹੀਂ ਕੀ ਸੀਗਾ ਸਮਝ ਤੇ ਬਾਹਰ ਆ ਰੌਲੇ ਦਾ ਕੀ ਸੀਨ ਸੀਗਾ ਉਹ ਤੂੰ ਫੋਨ ਕਰਾਤਾ ਬਾਈ ਕਹਿੰਦਾ ਮੈਂ ਕਿ ਯਾਰ ਬਾਈ ਤੋਂ ਪੁੱਛਣ ਦੀ ਵੀ ਨਹੀਂ ਮੈਨੂੰ ਲੋੜ ਤੂੰ ਮੈਨੂੰ ਇਹ ਦੱਸ ਕਿ ਸੌਰੀ ਮੈਨੂੰ ਫੋਨ ਆ ਗਿਆ ਮੈਂ ਕਿਵੇਂ ਕਹਿ ਸਕਦਾ ਕਿ ਮੈਨੂੰ ਸਿੱਧੂ ਨੇ ਫੋਨ ਕਰਾਇਆ ਜੇ ਉਹ ਬਾਈ ਦੇ ਫਾਇਰ ਨਾਲ ਕਰਤਾ ਤੇਨੂੰ ਫੋਨ ਕਰੇ ਦਿੱਤਾ ਕੁਝ ਤਾਂ ਕੋਈ ਗੱਲ ਨਹੀਂ ਯਾਰ ਤੂੰ ਇਹ ਵੀ ਕਹਿ ਸਕਦਾ ਸੀ ਯਾਰ ਕੋਈ ਗੱਲ ਨਹੀਂ ਕਹਤਾ ਕਰਤਾ ਸਭ ਤੋਂ ਬੜੇ ਯਾਰ ਕਹਤਾ ਸਹੀ ਗੱਲ ਆ ਵੀ ਹਾਂ ਜੇ ਕੁਝ ਕਹਿ ਵੀ ਦਿੱਤਾ ਸੀ ਉਹਨਾ ਕਿਸੇ ਦੇ ਫਾਇਰ ਨਹੀਂ ਜਾਂ ਕਹਤਾ ਤਾਂ ਕਹਤਾ ਤਾਂ ਕਹਤਾ ਹਨਾ ਵੀ ਐਂ ਵੀ ਕਹਿ ਸਕਦਾ ਸੀ ਪਰ ਗੱਲ ਇਹ ਆ ਵੀ ਯਾਰ ਹਰੇਕ ਬੰਦਾ ਇਹੋ ਜਿਹਾ ਹੁੰਦਾ ਨਹੀਂ ਨਾ ਠੀਕ ਆ ਵੀ ਕਈ ਬੰਦੇ ਤਾਂ ਹੁੰਦੇ ਜਿਹੜੇ ਕਹਿੰਦੇ ਆ ਵੀ ਯਾਰ ਚੱਲ ਵੱਡਾ ਆਪਣੇ ਤੋਂ ਕਹਿਤਾ ਤਾਂ ਕਹਿਤਾ ਕੋਈ ਗੱਲ ਨਹੀਂ ਹਨਾ ਕੰਗਾ 'ਚ ਇੰਨੀ ਸ਼ੈਹ ਸ਼ਕਤੀ ਹੁੰਦੀ ਆ ਕਈ ਫਰਾਂਏ ਹੁੰਦੇ ਆ ਵੀ ਯਾਰ ਕਿਹਾ ਤਾਂ ਕਿਹਾ ਗਏ ਮੈਂ ਹਨਾ ਤਾਂ ਸਿੱਧੂ ਦੂਜਿਆਂ ਚੋਂ ਸੀਗਾ ਹਨਾ ਪਰ ਨਹੀਂ ਉਦੋਂ ਉਦੋਂ ਵੀ ਬਾਹਲੇ ਫੋਨ ਪਾਣ ਹੋਏ ਕਦੇ ਮੈਨੂੰ ਬਾਈ ਦਾ ਫੋਨ ਆ ਜਾਣਾ ਕਿ ਯਾਰ ਤੇਰਾ ਛੋਟਾ ਭਰਾ ਨੂੰ ਸਮਝਾ ਮੜਾ ਜਾਂ ਕਿ ਐ ਚੰਗੀਆਂ ਨਹੀਂ ਲੱਗੀ ਦੇ ਕਿ ਮੈਂ ਤਾਂ ਕੁਝ ਨਹੀਂ ਕਹਿਣਾ ਉਹਨੂੰ ਕਿ ਪਰ ਐ ਚੰਗੀਆਂ ਨਹੀਂ ਲੱਗੀਆਂ ਉਹਨੂੰ ਕਹਿ ਮੜਾ ਜਾ ਮੈਂ ਵੀ ਕਹਿਣਾ ਭਾਈ ਮੈਂ ਕਹਾਂ ਮੈਂ ਸੌਰੀ ਮੰਗ ਲੈਣਾ ਨਹੀਂ ਤੁਤੋਂ ਕਿ ਚਲੋ ਮੇਰਾ ਮੈਂ ਤਾਂ ਨਿੱਕਾ ਆ ਮੈਂ ਸੌਰੀ ਮੰਗ ਲੈਣਾ ਤੁਤੋਂ ਕਿ ਕੋਈ ਗੱਲ ਨਹੀਂ ਮੈਨੂੰ ਸਮਝਾਉਣਾ ਪਰ ਯਾਰ ਉਹ ਮੈਨੂੰ ਪਤਾ ਹੀ ਨਹੀਂ ਲੱਗਿਆ ਉਹਦਾ ਸੀਨ ਕਿਉਂ ਚਿੱਕੀ ਹੋਇਆ ਕਿ ਉਹਨਾਂ ਦੋਨਾਂ ਦੇ ਦਿਲਾਂ ਦੇ ਵਿੱਚ ਕੋਈ ਗੱਲ ਨਹੀਂ ਸੀ ਨਾ ਮਾਨ ਸਾਹਿਬ ਦੇ ਨਾਈ ਸਿੱਧੂ ਦੇ ਸਿੱਧੂ ਨੂੰ ਯਾਰ ਪਤਾ ਨਹੀਂ ਕੋਈ ਉਂਗਲ ਲਾਉਣ ਵਾਲਾ ਜ਼ਰੂਰ ਸੀਗਾ ਵਿੱਚੋਂ ਮੈਂ ਇੰਨੀ ਇੱਕ ਗੱਲ ਉਹਦੋਂ ਨੋਟਿਸ ਕੀਤਾ ਟੋਡਸ ਕਰ ਗਿਆ ਅੱਛਾ ਮਤਲਬ ਦੋਨਾਂ ਦੇ ਮਤਲਬ ਲੜਾਈ ਕੋਈ ਨਹੀਂ ਸੀ ਪਰ ਕਿਸੇ ਦੀ ਉਂਗਲ ਜ਼ਰੂਰ ਸੀਗੀ ਵੀ ਹਾਂ ਜਿਹੜਾ ਕਹ ਰਹੇ ਹਾਂ ਜੀ ਯਾਰ ਤੂੰ ਐਂ ਕਰ ਜਾਂ ਜਾਂ ਉਹ ਕਰ ਹਨਾ ਉਹਦੇ ਸਿੱਧੂ ਨਾ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਵੀ ਭੋਲਾ ਟੈਪ ਬੰਦਾ ਸੀ ਹਨਾ ਉਹ ਗੱਲਾਂ 'ਚ ਆ ਜਾਂਦਾ ਸੀ ਆਪਾਂ ਆਪਾਂ ਨੂੰ ਤਾਂ ਸਭ ਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਤੇ ਮਤਲਬ ਉਹ ਥੋੜਾ ਜਿਹਾ ਗੱਲਾਂ ਦੇ ਵਿੱਚ ਆ ਆ ਜਾਂਦਾ ਸੀਗਾ ਤੇ ਜਿਵੇਂ ਉਹਨੂੰ ਕਿਸੇ ਨੇ ਕਹਿਤਾ ਵੀ ਯਾਰ ਆਹ ਗੱਲ ਆ ਨਾ ਤੂੰ ਮੇਰਾ ਭਾਈ ਐ ਜੋ ਫਲਾਣਾ ਡਿੰਗਾ ਤੇ ਉਹ ਬੰਦਾ ਤੇਰੇ ਬਾਰੇ ਆ ਗੱਲ ਬੋਲ ਰਿਹਾ ਤਾਂ ਉਹ ਥੋੜਾ ਜਿਹਾ ਯਾਰ ਮਤਲਬ ਸੀਗਾ ਬੰਦਾ ਹਨਾ ਥੋੜਾ ਜਿਹਾ ਵੀ ਗੱਲਾਂ 'ਚ ਆ ਜਾਂਦਾ ਸੀ ਭੋਲਾ ਟੈਪ ਬੰਦਾ ਸੀਗਾ ਥੋੜਾ ਜਿਹਾ ਕਿਉਂਕਿ ਬਾਈ ਤਾਂ ਕਹਿੰਦੀ ਮੈਂ ਤਾਂ ਹਨ ਬਾਈ ਦਾ ਮੈਨੂੰ ਪਤਾ ਜਾਂ ਮਨੀਸ਼ ਵੀਰਾ ਮੈਂ ਮਨੀਸ਼ ਬਾਈ ਨਾਲ ਇੰਨਾ ਘਟਾਇਆ ਚਾ ਕਿ ਮੈਨੂੰ ਪਤਾ ਬਾਈ ਮੈਨੂੰ ਝੂਠ ਨਹੀਂ ਬੋਲੂਗਾ ਮਨੀਸ਼ ਬਾਈ ਦਾ ਮੈਨੂੰ ਹੁਣ ਵੀ ਕਹਿੰਦੇ ਸੀ ਕਿ ਆਪਾਂ ਜਾ ਕੇ ਆਉਣਾ ਯਾਰ ਘਰੇ ਉਹਨਾਂ ਦੇ ਕਿ ਬਾਈ ਨੂੰ ਵੀ ਲੈ ਕੇ ਚੱਲਾਂਗੇ ਕਿ ਆਪਾਂ ਜਾ ਕੇ ਆਉਣਾ ਆ ਮੈਂ ਕਿਹਾ ਮੀ ਬਾਈ ਕੋਈ ਇਸ਼ੂ ਨਾ ਹੋ ਜAVE ਤੁਸੀਂ ਫੋਨ ਤੇ ਗੱਲ ਕਰ ਲਓ ਸਹੀ ਗੱਲ ਆ ਹੁਣ ਜੇ ਘਰੇ ਜਾਣਗੇ ਉਹਨਾਂ ਕੋਈ ਨਮਾ ਯੱਬ ਪੈ ਜੇ ਸਹੀ ਆ ਗੱਲ ਤਾਂ ਕਿ ਤੁਸੀਂ ਫੋਨ ਤੇ ਗੱਲ ਕਰ ਲਓ ਪਹਿਲਾਂ ਕਿ ਫਿਰ ਮੈਂ ਅੰਕਲ ਨੂੰ ਕਿਹਾ ਮੈਂ ਅੰਕਲ ਉਹਨਾਂ ਨੇ ਆਹ ਕਹਿੰਦੇ ਕੋਈ ਗੱਲੇ ਨਹੀਂ ਆ ਜਾਣ ਕੋਈ ਸਾਨੂੰ ਮੈਂ ਕਿਹਾ ਯਾਰ ਜੇ ਤੁਹਾਡੇ ਮਨ ਦੇਖੋ ਮੈਂ ਜਦੋਂ ਦੂਦੇ ਫਾਦਰ ਸਾਹਿਬ ਨੂੰ ਕਿਹਾ ਵੀ ਉਹਨਾਂ ਨੇ ਆਉਣਾਗਾ ਬੱਬੂ ਮਾਨ ਹੋਣਾ ਨੇ ਹਨਾ ਤਾਂ ਉਹ ਵੀ ਕਹਿੰਦੇ ਆ ਜਾਓ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਫਿਰ ਰੌਲਾ ਕਿੱਥੇ ਆ ਰੌਲਾ ਇਹੀ ਆ ਬਸ ਵੀ ਯਾਰ ਵੀ ਫਾਈਨਾਂਡੇ ਨਹੀਂ ਬੰਨਣਾ ਠੀਕ ਆ ਵੀ ਉਹਨਾਂ ਨੇ ਤਾਂ ਬਸ ਆਪ ਦਾ ਉल्लू ਸਿੱਧਾ ਰੱਖਣਾਗਾ ਮੈਂ ਕਈ ਵੇਖਿਆ ਪੋਸਟਾਂ ਤੇ ਵੀ ਯਾਰ ਕੂਈ ਬਿਨਾ ਗੱਲ ਤੋਂ ਕਮੈਂਟ ਕਰੀਆਂ ਲੋਕ ਮਾਵਾ ਪਹਿਣਾ ਇੱਕ ਕਰੀ ਜਾਂਦੇ ਆ ਯਾਰ ਲੋਕਾਂ ਦੀਆਂ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਜੇ ਬੰਦੇ ਆਗੇ ਵੀ ਜਦੋਂ ਤੁਹਾਨੂੰ ਕਿਸੇ ਬੰਦੇ ਜੇ ਯਾਰ ਤੁਹਾਨੂੰ ਕੋਈ ਬੰਦਾ ਗਲਤ ਬੋਲ ਰਿਹਾ ਤਾਂ ਹਲ ਉਹਨੂੰ ਗਾਲਾਂ ਵੀ ਕੱਢ ਦੋ ਤੁਸੀਂ ਹਨਾ ਪਰ ਗੱਲ ਇਹ ਆ ਵੀ ਯਾਰ ਆਪਾਂ ਮਤਲਬ ਸਿੰਗਰਾਂ ਪਿੱਛੇ ਲੜੀ ਜਾਂਦੇ ਆ ਹਨਾ ਹੂਰ ਮੁੱਦੇ ਮੋੱਕ ਗਿਆਗੇ ਦੁਨੀਆ ਤੋਂ ਖਤਮ ਹੋ ਗਿਆ ਅੱਗੇ ਦੇਖਦੇ ਆ ਲੋਕਾਂ ਦੇ ਕਰਕੇ ਕਿ ਲੋਕੀ ਕੀ ਕਹਿੰਦੇ ਆ ਇਹ ਕਮਲੇ ਜਾਈਆਂ 'ਚ ਬੈਠੇ ਬਕਵਾਸ ਮਾਰੀ ਜਾਂਦੇ ਆ ਮੈਂ ਉਹਦਾ ਫੈਨ ਆ ਮੈਂ ਫਲਾਣਾ ਦਾੜੀ ਵੀ ਨਹੀਂ ਕਿਸੇ ਦੇ ਮੂੰਹ ਤੇ ਜਿਹੜੇ ਫੈਨ ਬਣਦੇ ਆ ਹੁਣ ਮੇਰੇ ਫੈਨ ਆ ਜਵਾਕ ਐ ਮੈਨੂੰ ਪਤਾ ਮੈਂ ਉਹਨਾਂ ਨੂੰ ਕਿਤੇ ਡੱਕੂਗਾ ਉਹਨਾਂ ਨੇ ਖੜਨ ਦਾ ਥੋੜਾ ਉਹਨਾਂ ਦੇ ਵੀ ਮਾਪੇ ਪਿੱਛੇ ਯਾਰ ਸਹੀ ਗੱਲ ਆ ਹਰੇਕ ਬੰਦੇ ਨੇ ਉਹ ਦੇਖਣਾ ਪੈਂਦਾ ਆ ਉਹਦਾ ਹਿਸਾਬ ਕਿਤਾਬ ਆਪਾਂ ਕਹਿ ਦਿੰਨੇ ਆ ਕਿ ਵੀ ਉਹ ਰੋ ਖੜੂ ਮੰਨਾਂ ਜਾਂ ਆਏ ਜੋ ਫਲਾਣਾ ਢਿੰਗਾ ਬਾਈ ਹਰੇਕ ਬੰਦੇ ਨੇ ਆਪਦਾ ਪਰਿਵਾਰ ਦੇਖਣਾ ਹਨਾ ਆਪਦਾ ਹਿਸਾਬ ਕਿਤਾਬ ਦੇਖਣਾਗਾ ਮਾਂ ਪਿਓ ਉਹਨਾਂ ਦੇ ਵੀ ਪਿੱਛੇ ਹੈਗੇ ਆ ਹਨਾ ਬਹੁਤ ਵਧੀਆ ਗੱਲਾਂ ਕੀਤੀਆਂ ਯਾਰ ਐਲੀ ਬਾਈ ਨੇ ਯਾਰ ਮਤਲਬ ਆਏ ਨਹੀਂ ਹੈਗਾਗਾ ਵੀ ਮਤਲਬ ਫਿਲਟਰ ਜਿਹਾ ਲਾ ਕੇ ਗੱਲਾਂ ਕੀਤੀਆਂ ਹਨਾ ਜਿਹੜਾ ਜਿਹੜਾ ਕੋਈ ਸਹੀ ਗਿਆ ਵਾ ਦੱਬੀ ਗਿਆ ਬਾਈ ਆਪਾਂ ਕਹਿ ਸਕਦੇ ਆ ਯਾਰ ਵੀ ਮੈਨੂੰ ਯਕੀਨ ਆ ਯਾਰ ਐਲੀ ਦੀਆਂ ਗੱਲਾਂ ਤੇ ਕਿਉਂਕਿ ਬੰਦਾ ਇਹ ਬੋਲ ਦਿੰਦਾ ਜਿਹੜੀ ਗੱਲ ਹੁੰਦੀ ਆ ਹਨਾ ਦਿਲ 'ਚ ਤੇ ਕਿਉਂਕਿ ਆਪਾਂ ਪਿੱਛੇ ਦੇਖਿਆ ਹੀ ਆ ਉਹ ਜਰੂਰ ਮੰਨ ਕੇ ਚੱਲੋ ਇਹਦਾ ਰੌਲਾ ਪਿਆ ਉਹਨਾਂ ਨਾਲ ਪਿਆ ਹੀ ਯਾਰ ਉਹਨਾਂ ਦਾ ਨਾਮ ਯਾਦ ਨਹੀਂ ਹੈਗਾ ਮੈਨੂੰ ਦੋ ਭਰਾ ਆ ਗਏ ਜਿਹੜੇ ਗਾਉਂਦੇ ਆ ਤੇ ਰੰਧਾਵਾ ਹਾਂ ਰੰਮੀ ਰੰਧਾਵੇ ਹੋਰਾਂ ਨਾਲ ਪੰਗਾ ਪਿਆ ਹੀ ਜਰੋਂ ਹਣਾ ਤਾਂ ਇਹ ਬੰਦਾ ਉੱਥੇ ਜਾ ਕੇ ਖੜਾ ਸੀ ਠੀਕ ਆ ਤੇ ਉਦੋਂ ਜਿੰਨੀਆਂ ਵੀ ਗੱਲਾਂ ਹੋਈਆਂ ਚੱਲ ਭਾਵੇਂ ਪੁਲਸ ਵਾਲਿਆਂ ਨੇ ਮਤਲਬ ਪੁਲਸ ਵਾਲਿਆਂ ਤੋਂ ਕੁੱਟ ਪਈ ਗਈ ਹਣਾ ਐਲੀ ਦੇ ਪਰ ਇਹੇ ਗੱਲ ਵੀ ਬੰਦੇ ਨੇ ਓਪਨਲੀ ਆ ਕੇ ਦੱਸੀ ਸਾਰਿਆਂ ਨੂੰ ਠੀਕ ਆ ਨਹੀਂ ਇਹ ਗੱਲ ਕੋਈ ਦਾ ਹੱਦਾਂ ਨਹੀਂ ਹੁੰਦਾ ਹਣਾ ਤੇ ਜਿਵੇਂ ਉਹ ਰਾਜ ਟੈਸਟ ਹੁੰਦਾ ਤਾਂ ਦੱਸਦਾ ਵੀ ਨਾ ਤਾਂ ਉਦੋਂ ਦਾ ਮਤਲਬ ਮੈਨੂੰ ਤਾਂ ਪੂਰਾ ਯਕੀਨ ਹੋ ਗਿਆ ਯਾਰ ਵੀ ਇਹ ਬੰਦਾ ਝੂਠ ਨਹੀਂ ਬੋਲਦਾ ਇਹ ਬੰਦਾ ਸੱਚ ਹੀ ਬੋਲੂਗਾ ਹਨਾ ਜਦੋਂ ਬੋਲੂ ਤੇ ਆ ਗੱਲਾਂ 'ਚ ਵੀ ਬਈ ਮੈਨੂੰ ਸੱਚਾਈ ਨਜ਼ਰ ਆਉਂਦੀ ਹੈਗੀ ਤੇ ਕੁੱਲ ਮਿਲਾ ਕੇ ਯਾਰ ਮਤਲਬ ਆਰਟਿਸਟ ਇੱਕ ਦੂਜੇ ਦੇ ਦੁਸ਼ਮਣ ਨਹੀਂ ਹੈਗੇ ਹਨਾ ਸਾਰਾ ਕੁਝ ਹੁਣ ਮਤਲਬ ਖਤਮ ਕਰੋ ਯਾਰ ਇਹਨਾਂ ਚੀਜ਼ਾਂ ਨੂੰ ਠੀਕ ਆ ਸਾਰੇ ਜਣੇ ਭਰਾ ਬਣ ਕੇ ਰਹੋ ਸਾਰੇ ਜਣੇ ਮਤਲਬ ਸਾਰੇ ਜਣੇ ਜਿੱਦੇ ਮਰਜੀ ਫੈਨ ਰਹੋ ਯਾਰ ਠੀਕ ਆ ਪਰ ਐਂਡ ਤੇ ਆਪਾਂ ਪੰਜਾਬੀ ਆ ਠੀਕ ਆ ਸਾਰੇ ਪੰਜਾਬੀ ਭਰਾ ਆਗੇ ਠੀਕ ਆ ਤਾਂ ਮਤਲਬ ਇਹਨਾਂ ਤੇ ਬਾਕਦਮ ਕਰੋ ਯਾਰ ਇਹਨਾਂ ਚੀਜ਼ਾਂ ਨੂੰ ਬੀਫਾਂ ਬੂਫਾਂ ਸਭ ਖਤਮ ਕਰੋ ਤੇ ਬਸ ਇਹੀ ਸੀਗੀ ਬਾਈ ਆਪਣੀ ਅੱਜ ਦੀ ਵੀਡੀਓ ਤੇ ਕਮੈਂਟ ਵਿੱਚ ਬਾਈ ਆਪਦੇ ਵਿਚਾਰ ਜਰੂਰ ਦਿਓ ਠੀਕ ਆ ਤੇ ਲਾਈਕ ਲੂ ਕਰਿਓ ਵੀਡੀਓ ਨੂੰ ਕੋਈ ਚੱਕਰ ਨਹੀਂ ਭਾਵੇਂ ਨਾ ਕਰਿਓ ਹਨਾ ਸਬਸਕ੍ਰਾਈਬ ਵੀ ਨਾ ਕਰਿਓ ਭਾਵੇਂ ਚੈਨਲ ਨੂੰ ਪਰ ਵਿਚਾਰ ਜਰੂਰ ਦਿਓ ਆਹਦੇ ਕਮੈਂਟਾਂ ਦੇ ਵਿੱਚ ਵੀ ਜਿਹੜੀਆਂ ਜਿਹੜੀਆਂ ਗੱਲਾਂ ਹੋਈਆਂ ਵੀ ਉਹਨਾਂ ਤੇ ਤੁਹਾਡੀ ਕੀ رائے ਆ ਗਈ ਹਨਾ ਕਿਸੇ ਨੇ ਗਾਲ ਨਹੀਂ ਕਢਣੀ ਕਹਿੰਦੇ ਗਲਤ ਨਹੀਂ ਬੋਲਣਾ ਕਿਸੇ ਨੂੰ ਹਨਾ ਕਿਸੇ ਆਰਟਿਸਟ ਬਾਰੇ ਕੁਝ ਵੀ ਗਲਤ ਨਹੀਂ ਬੋਲਣਾ 네ਗੇਟਿਵ ਕਮੈਂਟ ਨਹੀਂ ਕਰਨਾ ਜੋ ਰਹਾ ਉਹਨੂੰ ਮਤਲਬ ਬੰਦਿਆਂ ਗੂਲੇ ਹੋ ਕਮੈਂਟਾਂ ਦੇ ਵਿੱਚ ਤੇ ਬਸ ਇਹੀ ਕਹਿਣਾ ਸੀਗਾ ਬਾਈ ਤੇ ਫੇਰ ਮਿਲਦੇ ਆ ਨਵੀਂ ਵੀਡੀਓ ਨਾਲ ਥੈਂਕਸ ਫॉर ਵਾਚਿੰਗ ਸੈੱਟ ਇਨ ਟਾਇਰ ਆਫ ਫਾਇਰ ਫਾਇਰ ਸੋ ਕੇਮ ਇਨ ਮਾਈਕ ਵਾਟ ਆਫ ਵਾਇਰ ਗੈਟ ਇਨ ਸੌਸ ਸਟੈਡਲੀ ਸੌਸ ਸਟੈਡਲੀ